ਸਰਕਾਰ ਵੱਲੋਂ ਮਨਾਹੀ ਕਰਨ ਦੇ ਬਾਵਜੂਦ ਕਿਸਾਨਾਂ ਵੱਲੋਂ ਪਰਾਲੀ ਸਾੜੀ ਜਾ ਰਹੀ ਹੈ। ਇਸ ਮੁੱਦੇ ਨੂੰ ਲੈ ਕੇ ਕਿਸਾਨ ਅਤੇ ਪ੍ਰਸ਼ਾਸਨ ਵਿੱਚ ਆਹਮਣਾ ਸਾਹਮਣਾ ਹੋ ਰਿਹਾ ਹੈ। ਇਹ ਮਾਮਲਾ ਉਸ ਵੇਲੇ ਹੋਰ ਗੰਭੀਰ ਹੋ ਗਿਆ ਜਦੋਂ ਸੰਗਰੂਰ ਵਿੱਚ ਪਰਾਲੀ ਸਾੜਨ ਤੋਂ ਰੋਕਣ ਲਈ ਆਏ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਇੱਕ ਟੀਮ ਨੂੰ ਪਿੰਡ ਦੇ ਲੋਕਾਂ ਨੇ ਬੰਦੀ ਬਣਾ ਲਿਆ। ਜਦੋਂ ਆਏ ਇੱਧਰੋਂ ਦੀ ਬਖਤਰੀ ਵਗੈਰਾ ਘੁੰਮਦੇ, ਇੱਥੇ ਸਾਨੂੰ ਤਿੰਨ ਜਗ੍ਹਾ ਤੇ ਕੰਟੀਨਿਊ ਮਤਲਬ ਲਗਾਤਾਰ ਅੱਗ ਲੱਗਦੀ ਦਿਸੀ। ਅਸੀਂ ਪਹਿਲਾਂ ਉਹ ਪਰਾਂ ਕਿਸਾਨ ਸੀਗੇ, ਕੋਈ ਉਹਨਾਂ ਲਵੇ ਗਏ, ਉਹਨਾਂ ਨੂੰ ਬੇਨਤੀ ਕਰੀ ਵੀ ਭਾਈ ਇਹ ਜਿਹੜੀ ਪਰਾਲੀ ਹੈ ਇਹ ਸਰਕਾਰ ਨੇ ਜਾਂ ਪੋਲਿਊਸ਼ਨ ਬੋਰਡ ਨੇ ਇਸ ਨੂੰ ਮਨਾ ਕੀਤਾ ਹੈ ਸਾੜਨਾ, ਤੁਸੀਂ ਨਾ ਸਾੜੋ। ਉਹ ਕਹਿੰਦੇ ਵੀ ਸਾਡੀ ਮਜਬੂਰੀ ਹੈ, ਅਸੀਂ ਸਾਡੇ ਲਈ ਕੋਈ ਹੱਲ ਨਹੀਂ ਹੈਗਾ। ਹਾਂਜੀ, ਫਿਰ ਅਸੀਂ ਉਦੋਂ ਬਾਅਦ ਅਸੀਂ ਇਸ ਜਗ੍ਹਾ ਜਿਹੜੀ ਤੇ ਹੁਣ ਆਪਾਂ ਖੜੇ ਇੱਥੇ ਆਏ, ਤਾਂ ਇੰਨੇ ਟਾਈਮ ਨੂੰ ਉਹਨਾਂ ਨੇ ਮਤਲਬ ਬੰਦੇ ਇਕੱਠੇ ਕਰਕੇ ਫੋਨ ਕਰਕੇ ਆਪਦੇ ਬੰਦੇ ਬੁਲਾ ਲਏ, 10-15 ਬੰਦੇ ਪਹਿਲਾਂ ਉਹ ਹੈਗੇ ਸੀ, ਸਾਨੂੰ ਇਹਨਾਂ ਨੇ ਰੋਕ ਲਿਆ। ਜੀ ਹਾਂਜੀ, ਨਾ ਉਹ ਕਹਿੰਦੇ ਵੀ ਤੁਸੀਂ ਆਪਦੇ ਉੱਚ ਅਧਿਕਾਰੀਆਂ ਨੂੰ ਬੁਲਾਓ, ਉਹ ਆ ਕੇ ਸਾਡੇ ਨਾਲ ਗੱਲ ਕਰਨ, ਤਾਂ ਉਦੋਂ ਬਾਅਦ ਅਸੀਂ ਮਤਲਬ ਤੁਹਾਨੂੰ ਉਹ ਕਰਾਂਗੇ। ਉਧਰ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਕੋਲ ਪਰਾਲੀ ਨੂੰ ਸਾੜਨ ਤੋਂ ਇਲਾਵਾ ਹੋਰ ਕੋਈ ਹੱਲ ਨਹੀਂ ਹੈ। ਕਿਸਾਨਾਂ ਨੇ ਕਿਹਾ ਹੈ ਕਿ ਬੰਦੀ ਬਣਾਏ ਗਏ ਅਧਿਕਾਰੀਆਂ ਨੂੰ ਤਾਂ ਛੱਡਿਆ ਜਾਵੇਗਾ ਜਦੋਂ ਸਰਕਾਰ ਦੇ ਉੱਚ ਅਧਿਕਾਰੀ ਆ ਕੇ ਇਸ ਮੁੱਦੇ ਤੇ ਕਿਸਾਨਾਂ ਨਾਲ ਗੱਲ ਕਰਨਗੇ। ਅੱਜ ਇਹ ਅਧਿਕਾਰੀ ਇੱਥੇ ਪਰਾਲੀ ਸੜੀ ਹੋਈ ਹੈ, ਸਾੜੀ ਹੈ ਲੋਕਾਂ ਨੇ, ਸਾੜਨ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਹੈਗਾ। ਇਹ ਅਧਿਕਾਰੀ ਇਹ ਲਿਖਣ ਵਾਸਤੇ ਆਏ ਨੇ ਵੀ ਆਹ ਕਿਸਾਨਾਂ ਨੇ ਪਰਾਲੀ ਸਾੜੀ ਹੈ। ਅਸੀਂ ਐਲਾਨ ਕਰਦੇ ਹਾਂ ਇੱਥੇ ਵੀ ਸੜੀ ਹੈ, ਸਾਰੇ ਪੰਜਾਬ ਦੇ ਵਿੱਚ ਸੜੀ ਹੈ, ਸਾੜਾਂਗੇ ਵੀ, ਸਾੜਨ ਤੋਂ ਬਿਨਾਂ ਸਾਡੇ ਕੋਲ ਕੋਈ ਹੋਰ ਹੱਲ ਨਹੀਂ ਹੈਗਾ। ਕਦੋਂ ਛੱਡੋਗੇ ਤੁਸੀਂ ਇਹਨਾਂ ਨੂੰ? ਛੱਡਾਂਗੇ, ਇਹ ਕਹਿਣ ਵੀ ਅੱਜ ਤੋਂ ਬਾਅਦ ਅਸੀਂ ਕਿਸਾਨਾਂ ਦੇ ਖੇਤਾਂ 'ਚ ਨਹੀਂ ਵੜਾਂਗੇ, ਨਹੀਂ ਆਵਾਂਗੇ, ਨਹੀਂ ਲਿਖਾਂਗੇ, ਇਹ ਕਹਿ ਕੇ ਜਾਣ ਛੱਡ ਦਾਂਗੇ ਅਸੀਂ। ਸਾਡੀ ਇਹਨਾਂ ਨਾਲ ਕੋਈ ਉਸ ਕਿਸਮ ਦਾ ਰੋਸ ਨਹੀਂ ਹੈ। ਇਹ ਜਿੰਨਾ ਚਿਰ ਇਹ ਕਹਿ ਕੇ ਨਹੀਂ ਜਾਂਦੇ ਵੀ ਗਾਹਾਂ ਵਾਸਤੇ ਅਸੀਂ ਕਿਸਾਨਾਂ ਦੇ ਇਹ ਚਲਾਣ ਨਹੀਂ ਕੱਟਾਂਗੇ, ਕਿਸਾਨਾਂ ਦੇ ਲਿਖਾਂਗੇ ਨਹੀਂ ਆ ਕੇ, ਉਹਨਾਂ ਚਿਰ ਇੱਥੇ। ਫਿਲਹਾਲ ਮੌਕੇ ਤੇ ਪੁੱਜੇ ਡਿਊਟੀ ਮੈਜਿਸਟ੍ਰੇਟ ਨੇ ਇਸ ਮਾਮਲੇ ਨੂੰ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਦਿੱਤਾ ਹੈ। ਮੈਂ ਸੀ ਪਟਵਾਰੀ ਤੇ ਸੈਕਟਰੀ ਮਾਰਕੀਟ ਦੇ ਬੀਡੀਪੀ ਆਫਿਸ ਪੰਚਾਇਤ ਸੈਕਟਰੀ, ਉਹਦੇ 'ਚ ਚੈਕਿੰਗ ਵਾਸਤੇ ਜਿਹੜੇ ਲੋਕ ਪਰਾਲੀ ਨੂੰ ਅੱਗ ਲਾ ਰਹੇ ਨੇ, ਇੱਥੇ ਕਿਸਾਨ ਯੂਨੀਅਨ ਵੱਲੋਂ ਉਹਨਾਂ ਨੂੰ ਰੋਕਿਆ ਗਿਆ ਤੇ ਇਹਦਾ ਜਿਹੜਾ ਹਾਇਰ ਆਫੀਸਰ ਨੂੰ ਇਹਦੇ ਨੋਟਿਸ 'ਚ ਲਿਆ ਦਿੱਤਾ। ਸੰਗਰੂਰ ਤੋਂ ਬਿਊਰੋ ਰਿਪੋਰਟ, ਖਬਰ ਹਰਪਲ ਇੰਡੀਆ।